ਅਗਲੀ ਵੱਡੀ ਖਬਰ ਤੇ ਨਜ਼ਰ ਪਾ ਲੈਂਦੇ ਹਾਂ। ਫਿਰੋਜ਼ਪੁਰ ਦੇ ਵਿੱਚ BSF ਨੂੰ ਵੱਡੀ ਕਾਮਯਾਬੀ ਮਿਲੀ ਹੈ। ਸਤਲੁਜ ਦਰਿਆ ਦੇ ਪਾਣੀ ਜ਼ਰੀਏ ਭੇਜੀ ਜਾ ਰਹੀ ਹੈਰਨ ਦੀ ਬਰਾਮਦਗੀ ਹੋਈ ਹੈ। BSF ਦੇ ਵੱਲੋਂ 11 ਕਿਲੋ ਹੈਰਨ ਬਰਾਮਦ ਕੀਤੀ ਗਈ ਹੈ, ਜਿਸ ਦੀ ਕੀਮਤ 55 ਕਰੋੜ ਰੁਪਏ ਦੱਸੀ ਜਾ ਰਹੀ ਹੈ। 55 ਕਰੋੜ ਦੀ ਹੈਰਨ ਪਾਕਿਸਤਾਨ ਦੇ ਵੱਲੋਂ ਸਤਲੁਜ ਦਰਿਆ ਦੇ ਪਾਣੀ ਰਾਹੀਂ ਭੇਜੀ ਗਈ ਹੈ। ਕੋਚੀਆਂ ਹਰਕਤਾਂ ਕਰਨ ਤੋਂ ਪਾਕਿਸਤਾਨ ਬਾਜ ਨਹੀਂ ਆ ਰਿਹਾ। 55 ਕਰੋੜ ਦੀ ਹੈਰੋਇਨ ਭੇਜੀ ਜਾ ਰਹੀ ਸੀ ਇੱਕ ਪਾਈਪ ਦੇ ਵਿੱਚ ਪਾ ਕੇ। BSF ਨੂੰ ਵੱਡੀ ਕਾਮਯਾਬੀ ਮਿਲੀ ਹੈ। 11 ਕਿਲੋ ਹੈਰੋਇਨ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਕੀਮਤ 55 ਕਰੋੜ ਰੁਪਏ ਬਣਦੀ ਹੈ, ਨੂੰ ਪਾਕਿਸਤਾਨ ਦੇ ਵੱਲੋਂ ਪਾਣੀ ਦੇ ਰਸਤੇ ਭੇਜਿਆ ਗਿਆ ਹੈ, ਸਤਲੁਜ ਦਰਿਆ ਦੇ ਪਾਣੀ ਜ਼ਰੀਏ।